ਮੰਗਲਵਾਰ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਰਾਵੀ ਦਰਿਆ ਦਾ ਦੌਰਾ ਕੀਤਾ ਗਿਆ। ਰਾਵੀ ਦਰਿਆ ਦੀ ਸਭ ਤੋਂ ਸੈਂਸਿਟਿਵ ਪੋਸਟ ਸ਼ਾਹਪੁਰ ਵਿਖੇ ਪੁੱਜੇ ਡੀਸੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਰਾਵੀ ਦਰਿਆ ਦੇ ਪਾਣੀ ਦਾ ਪੱਧਰ ਹੁਣ ਘੱਟ ਹੋਣਾ ਸ਼ੁਰੂ ਹੋ ਗਿਆ ਅਤੇ ਜੋ ਪਹਿਲਾਂ 1,65,000 ਕਿਊਸਿਕ ਪਾਣੀ ਸੀ ਉਹ ਹੁਣ 1,45,000 ਕਿਊਸਿਕ ਹੋ ਗਿਆ। ਉਹਨਾਂ ਕਿਹਾ ਕਿ ਰਾਹਤ ਵਾਲੀ ਗੱਲ ਹੈ ਕਿ ਪਹਾੜੀ ਖੇਤਰ ਵਿੱਚ ਬਰਸਾਤ ਬੰਦ ਹੋ ਗਈ ਹੈ। ਉਹਨਾਂ ਕਿਹਾ ਕਿ ਜਿਨ੍ਹਾਂ ਕਿਸਾਨਾਂ ਦੀ ਫਸਲ ਖਰਾਬ ਹੋ ਗਈ ਹੈ ਉਹਨਾਂ ਨੂੰ ਸਰਕਾਰ ਵੱਲੋਂ ਵਿਸ਼ੇਸ਼ ਗਰਦੌਰੀਆਂ ਕਰਵਾ ਕੇ ਬੰਦ ਦਾ ਮੁਆਵਜ਼ਾ ਦਿੱਤਾ ਜਾਵੇਗਾ। ਤੁਹਾਡੇ ਸਾਹਮਣੇ ਤੁਸੀਂ ਦੇਖ ਲਿਆ, ਅਜੇ ਤੱਕ ਕੋਈ ਖਤਰੇ ਵਾਲੀ ਗੱਲ ਤਾਂ ਨਹੀਂ ਹੈਗੀ, ਲੇਕਿਨ 1,45,000 ਦੇ ਕਰੀਬ ਇਸ ਜਗ੍ਹਾ 'ਤੇ ਚੱਲ ਰਿਹਾ ਪਾਣੀ। ਸਾਨੂੰ ਇਸ ਦੀ ਇੰਨੀ ਕੋਈ ਚਿੰਤਾ ਨਹੀਂ ਹੈ ਹਲਦੀ ਘੜੀ, ਕਿਉਂਕਿ ਪਿੱਛੋਂ ਪਾਣੀ ਦਾ ਫਲੋ ਹੌਲੀ ਹੌਲੀ ਰਿਡਿਊਸ ਹੋ ਰਿਹਾ। ਰਣਜੀਤ ਸਾਗਰ ਡੈਮ ਵਿੱਚੋਂ ਵੀ ਜਿਹੜੀ ਰਿਲੀਜ਼ ਆ ਮੋਨੀਟਰ ਕੀਤੀ ਜਾ ਰਹੀ ਹੈ। ਸਿਰਫ ਇਹ ਹੈ ਕਿ ਕੁਛ ਪੋਰਸ਼ਨ ਜਿਹੜਾ ਪਾਕਿਸਤਾਨ ਵਿੱਚੋਂ ਜਿਹੜਾ ਚਨਾਬ ਦਾ ਪਾਣੀ ਅੱਗੇ ਸ਼ਾਹਪੁਰ ਆਪਣੇ ਸ਼ੇਰਪੁਰ ਕੰਪਲੈਕਸ ਦੇ ਕੋਲ ਜਿੱਥੇ ਜਾ ਕੇ ਮਿਲਦੀ ਹੈ ਰਾਵੀ ਨੂੰ, ਉਹਦਾ ਥੋੜ੍ਹੀ ਜਿਹੀ ਮੋਨੀਟਰ ਕਰਨ ਦੀ ਜ਼ਰੂਰਤ ਹੈਗੀ ਹੈ। ਲੇਕਿਨ ਉੱਥੇ ਸਾਡੀ ਕੋਈ ਜ਼ਿਆਦਾ ਆਬਾਦੀ ਨਹੀਂ। ਮੈਂ ਉਮੀਦ ਕਰਦਾ ਕਿ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਔਰ ਸਾਰਾ ਕੁਛ ਸਾਡੇ ਧਿਆਨ ਗੋਚਰ ਹੈ, ਮੋਨੀਟਰ ਕੀਤਾ ਜਾ ਰਿਹਾ ਅਤੇ ਕੋਈ ਪ੍ਰੋਬਲਮ ਨਹੀਂ ਆਊਗੀ। ਪਾਣੀ ਹੋਰ ਨਹੀਂ ਵਧੂਗਾ ਕਿਉਂਕਿ ਕੈਚਮੈਂਟ ਏਰੀਏ ਦੇ ਵਿੱਚ ਬਾਰਿਸ਼ ਘੱਟ ਗਈ ਹੈ, ਇਸ ਕਰਕੇ ਸਾਨੂੰ ਕੋਈ ਖਤਰਾ ਨਹੀਂ ਗਾ ਔਰ ਸਵੇਰ ਤੋਂ ਵੀ ਪਾਣੀ ਦੀ ਜਿਹੜੀ ਮਿਕਦਾਰ ਆ ਉਹ ਘੱਟ ਰਹੀ ਹੈ।